ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਐਮ ਲਵਪ੍ਰੀਤ ਵਰਮਾ ਫਾਊਂਡਰ ਵੈਨਿਊਰ ਇੰਗਲਿਸ਼ ਅੱਜ ਸਾਡੇ ਨਾਲ ਨੇ ਜੀਵਨ ਸਿੰਘ ਜੀ ਬਾਈ ਜੀ ਜਿਨ੍ਹਾਂ ਦੀ ਬੇਟੀ ਨੇ ਸਾਡੇ ਕੋਲੇ 1.5 ਮਹੀਨੇ ਦੇ ਵਿੱਚ ਆਇਲਸ ਕਲੀਅਰ ਕੀਤਾ ਉਸ ਬੇਟੀ ਨੇ ਪਹਿਲਾਂ ਬਠਿੰਡੇ ਏਰੀਆ ਦੇ ਵਿੱਚ 3-4 ਸੈਂਟਰਸ ਜੁਆਇਨ ਕੀਤੇ 8-9 ਮਹੀਨੇ ਆਇਲਸ ਦੇ ਵਿੱਚ ਬੈਠੀ ਰਹੀ ਫਿਰ ਵੀ ਉਹਦੇ ਬੈਂਡਸ ਨਹੀਂ ਆਏ 2 ਵਾਰ ਆਇਲਸ ਦਿੱਤਾ 3 ਵਾਰ ਦਿੱਤਾ ਆਖਿਰ ਸਾਡੇ ਕੋਲ ਆ ਕੇ ਉਹਨਾਂ ਨੇ 1.5 ਮਹੀਨੇ ਦੇ ਵਿੱਚ ਅਸੀਂ ਉਹਨਾਂ ਦੀ ਅੱਛੀ ਤਿਆਰੀ ਕਰਵਾਤੀ ਜਿਸ ਨਾਲ ਬਹੁਤ ਅੱਛੇ ਬੈਂਡਸ ਆਏਗੇ ਤੁਸੀਂ ਬਾਈ ਜੀ ਕੀ ਕਹੋਗੇ ਇਹਦੇ ਬਾਰੇ ਮੈਂ ਤਾਂ ਕਹਿ ਰਿਹਾ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਇੱਥੇ ਬਹੁਤ ਵਧੀਆ ਸਟਾਫ ਹੈ ਇੱਥੇ ਅਸੀਂ ਬੇਟੀ ਨੂੰ 2019 ਵਿੱਚ 12ਵੀਂ ਪਾਸ ਕਰਾਈ ਸੀ ਜਿਹਨੂੰ ਪਲੱਸ ਟੂ ਕਹਿ ਦਿੰਦੇ ਆਪਾਂ ਅਤੇ ਉਸ ਤੋਂ ਬਾਅਦ ਅਸੀਂ ਭਲੌੜ ਲਾਈ ਉੱਥੇ ਵੀ ਧੱਕੇ ਖਾਧੇ ਉਸ ਤੋਂ ਬਾਅਦ ਰਾਮਪੁਰੇ ਵੀ ਲਾਈ ਬਠਿੰਡੇ ਵੀ ਲਾਈ 2-3 ਥਾਈਂ ਲਾਈ 2 ਵਾਰੀ ਪੇਪਰ ਦਿੱਤਾ ਉੱਥੇ ਸਾਨੂੰ ਪ੍ਰਾਪਤੀ ਕੋਈ ਨਾ ਹੋਈ ਇੱਥੇ ਬੇਟੀ ਨੇ ਆ ਕੇ ਅਸੀਂ ਗੱਲਬਾਤ ਕਰੀ ਸਾਨੂੰ ਚੰਗਾ ਲੱਗਿਆ ਚੰਗਾ ਲੱਗਣ ਦੇ ਬਾਵਜੂਦ 1.5 ਮਹੀਨਾ ਲਾਇਆ 1.5 ਮਹੀਨਾ ਲਾਉਣ ਤੋਂ ਬਾਅਦ ਇਹਨੂੰ 6.5 ਬੈਂਡ ਆਏ ਜਿਹਨੂੰ ਆਪਾਂ ਸਕੋਰ ਕਹਿ ਦਿੰਦੇ ਹਾਂ ਉਸ ਤੋਂ ਬਾਅਦ ਸਾਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਸਾਡੀ ਡੁੱਬਦੀ ਕਿਸ਼ਤ 1 ਤੋਂ 3 ਹੈ ਬਾਈ ਜੀ ਹੁਣਾਂ ਨੇ ਬਹੁਤ ਵਧੀਆ ਮਿਹਨਤ ਕਰੀ ਕਿਉਂ ਇਹਨਾਂ ਸਟਾਫ ਬਹੁਤ ਚੰਗਾ 8-9 ਬੈਂਡ ਵਾਲੇ ਬੱਚੇ ਰੱਖੇ ਹੋਏ ਸਟਾਫ ਵਾਲੇ ਨਹੀਂ ਆਮ ਕੀ ਚੱਲਦਾ ਸੈਂਟਰਾਂ ਟੁੱਟ ਖੁੱਟ ਜ਼ਿਆਦਾ ਚੱਲ ਰਹੀ ਹੈ ਉਹ ਫੀਸ ਘੱਟ ਦੇ ਲਾਲਚ ਆਪਾਂ ਉੱਥੇ ਅੜ ਜਾਂਦੇ ਹਾਂ ਵੀ ਆਉਣ ਤੋਂ ਬਾਅਦ ਕੀ ਹੁੰਦਾ ਨਾ ਉੱਥੇ ਵੀ ਬੈਂਡ ਜੋ ਜਿਹੜਾ 6 ਬੈਂਡ ਬੱਚਾ ਆਪ 6 ਬੈਂਡ ਲਈ ਬੈਠਾ ਉਹ ਦੂਜੇ ਨੂੰ 7 ਕਿੱਥੋਂ ਦਵਾਦੂਗਾ ਇਹ ਕਾਰਨ ਕਰਕੇ ਅਸੀਂ ਉਲਝ ਜਾਂਦੇ ਹਾਂ ਮੈਂ ਤਾਂ ਇਹੀ ਬੇਨਤੀ ਕਰਦਾ ਸਾਰਿਆਂ ਨੂੰ ਵੀ ਇੱਥੇ ਆ ਕੇ ਇੱਕ ਵਾਰੀ ਇਹਨਾਂ ਕੋਲ ਆਓ ਗੱਲਬਾਤ ਕਰੋ ਬੱਚੇ ਚੰਗਾ ਭਵਿੱਖ ਬਣਾਓ ਧੰਨਵਾਦ ਧੰਨਵਾਦ ਜੀ ਸਤਿ ਸ਼੍ਰੀ ਅਕਾਲ